हाँ जी, वाहेगुरु जी का खालसा, वाहेगुरु जी की फतेह। अज मैं एक सकन ननकाणा साहब की उदाहरण देख के गल कर लगा। साड़ी कौम के वो योधे होए ने जिन्हां दी शहादत नूं प्रणाम करदे आं और जिन्हां ने ननकाणा साहब आजाद करवाया सी। ते आज जदों श्रोमणी कमेटी के बादलों के कब्जे की गल करदे आं उदों चमचागिरी करन वाले इन्ने कु लोग सामने आते जिन्हों की गिनती करनी सबों बहर है। हूँ जी बेनती कर लगा, थोड़ा ध्यान दौ। सीएम मान ने जोड़ा विधानसभा के बयान दिता से सुखबीर बादल की दाढ़ी वास्ते कि कितने दाढ़ी खुली कर रख लेंदा, कितने दाढ़ी बन लेंद। हूँ जोड़ा बयान हैगा वह कल सुखबीर बादल वास्ते है, ना कि समुची सिख कौम वास्ते। हूँ देखो चमचागिरी कि हो रही है। मैं अज एक हास रस थोड़े नाल कोई शब्द सांझे करने हैं। जेडे वीर पिंडां दे विच रेहड़ियां ते भांडे वेचदे ने ना, स्टील दे जां होर प्लास्टिक दे, उन्हां नूं बेनती है कि बादल पिंड हैगा उत्थे बादल परिवार ने भांड्यां दी सेल लाई हुई है, जिहदे विच वड्डे पतीले भी ने, डोंगे भी ने, चमचे भी ने। हुण मैं दस दिना डोंगे कौन ने, पतीले कौन ने, चमचे कौन ने। डोंगे तां उह ने जिन्हां विच श्रोमणी कमेटी का प्रधान आ जांदा है ते तख्तां दे पंज जथेदार आ जांदे, ये डोंगे है। ते हुण जिहड़े पतीले ने उह थोड़े जिहे पुराने है, जिवें सुखबीर बादल हो गया, दलजीत सिंह चीमा हो गया, चरणजीत सिंह बराड़ हो गया, ਬਿਰਸਾ ਸਿੰਘ ਬਲਟੋਹਾ ਹੋ ਗਿਆ, ਕੁਝ ਕੁ ਹੋਰ ਨੇ। ਹੁਣ ਜੇ ਕਿਸੇ ਨੇ ਪਤੀਲੇ ਖਰੀਦਣੇ ਹੈ, ਪਤੀਲਾ ਤੁਹਾਨੂੰ ਲਵਾਉਣਾ ਪੈਣਾ ਥੱਲਾ, ਕਿਉਂਕਿ ਇਹ ਪੁਰਾਣੇ ਨੇ, ਚੌਂਦੇ ਹੈ। ਅਤੇ ਜਿਹੜੇ ਡੋਂਗੇ ਨੇ, ਡੋਂਗੇ ਤਾਂ ਹਮੇਸ਼ਾ ਹੀ ਵਰਤੇ ਜਾਂਦੇ ਨੇ, ਧੋ ਕੇ ਜਦੋਂ ਮਰਜ਼ੀ ਵਰਤ ਲਓ। ਜਿਨ੍ਹਾਂ ਨੇ ਚਮਚੇ ਖਰੀਦਣੇ ਨੇ ਨਾ, ਹੁਣ ਚਮਚੇ ਕੌਣ ਨੇ? ਸ਼੍ਰੋਮਣੀ ਕਮੇਟੀ ਦੇ ਕੁਝ ਤਾਂ ਢਾਡੀ ਨੇ, ਕੁਝ ਰਾਗੀ ਨੇ, ਕੁਝ ਪ੍ਰਚਾਰਕ ਨੇ, ਕੁਝ ਪਿੰਡਾਂ ਦੇ ਸਰਪੰਚ ਨੇ ਲੀਲੀਆਂ ਪੱਗਾਂ ਵਾਲੇ। ਮੈਂ ਇੱਕ ਬੇਨਤੀ ਕਰ ਦਿੰਦਾ, ਲੀਲੀਆਂ ਪੱਗਾਂ ਬੰਨ੍ਹ ਕੇ ਅਕਾਲੀ ਨਹੀਂ ਬਣਿਆ ਜਾਣਾ। ਜਿਹੜੇ ਅਕਾਲੀ ਹੋਏ ਨੇ ਨਾ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਹੁਣ ਮੈਂ ਜਿਹੜੇ ਰੇਹੜੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਚਮਚੇ ਖਰੀਦਣੇ ਨੇ, ਡੌਂਗਿਆਂ ਦੇ ਨਾਲ, ਪਤੀਲਿਆਂ ਦੇ ਨਾਲ ਚਮਚੇ ਤੁਹਾਨੂੰ ਫਿਰ ਹੀ ਮਿਲਣਗੇ, ਜਾ ਕੇ ਲੈ ਸਕਦੇ ਹੋ। ਜਿਹੜੀ ਇਹ ਸੇਲ ਹੈ ਨਾ, ਇਹ 10 ਦਿਨ ਚੱਲਣੀ ਹੈ, ਫਿਰ ਬਾਅਦ ਦੇ ਵਿੱਚ ਖਤਮ ਹੋ ਜਾਣੀ ਹੈ। ਛੇਤੀ ਜਾਓ, ਜਾ ਕੇ ਚਮਚੇ ਖਰੀਦੋ। ਹੁਣ ਜਿਹੜੇ ਚਮਚੇ ਨੇ, ਕੁਝ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ, ਕੋਈ ਢਾਡੀ ਨੇ, ਕੁਝ ਰਾਗੀ ਨੇ, ਅਤੇ ਕੁਝ ਪਿੰਡਾਂ ਦੇ ਸਰਪੰਚ ਨੇ ਜਿਹੜੇ ਸੱਚ ਬੋਲਣ 'ਤੇ ਗਾਲਾਂ ਕੱਢਦੇ ਆ। ਇੱਕ ਸਰਬਜੀਤ ਸਿੰਘ ਹੈਗਾ ਝਿੰਜਰ ਪਿੰਡ ਤੋਂ, ਮੈਨੂੰ ਫੋਨ ਲਾਇਆ, ਉਹਨੇ ਗਾਲਾਂ ਕੱਢੀਆਂ ਫੋਨ 'ਤੇ। ਕੁਝ ਇਹੋ ਜਿਹੇ ਚਮਚੇ ਨੇ। ਹਾਂ, ਜਿਹੜੇ ਰੇਹੜੀਆਂ ਵਾਲੇ ਸੇਲ ਕਰਦੇ ਨੇ ਨਾ ਭਾਂਡਿਆਂ ਦੇ, ਉਹਨਾਂ ਨੂੰ ਬੇਨਤੀ ਕਰਦਾ, ਜਦੋਂ ਚਮਚੇ ਲੈ ਕੇ ਆਉਂਗੇ ਨਾ, ਇਹਨਾਂ ਚਮਚਿਆਂ ਨੂੰ ਧੋ ਲਿਓ, ਕਿਉਂਕਿ ਇਹ ਬਾਦਲਾਂ ਦੇ ਜੂਠੇ ਚਮਚੇ ਨੇ, ਅਤੇ ਕਿਸੇ ਨੂੰ ਬਿਮਾਰੀ ਨਾ ਲੱਗੇ ਜੇ ਅੱਗੇ ਜਾ ਕੇ। ਇਹਨਾਂ ਚਮਚਿਆਂ ਨੂੰ ਧੋ ਕੇ ਫਿਰ ਤੁਸੀਂ ਪਿੰਡਾਂ ਵਿੱਚ ਜਾ ਕੇ ਸੇਲ ਕਰਿਓ, ਇੱਕ ਬੇਸ਼ਰਮੀ ਦੀ ਹੱਦ ਹੈ। ਮੈਂ ਦੁਬਾਰਾ ਫਿਰ ਗੱਲ ਕਰਨ ਲੱਗਾ, ਜੇ ਸਾਕਾ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਵਾਲਿਆਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਫਿਰ ਕਿਤੇ ਨਾ ਕਿਤੇ ਸਾਨੂੰ ਇਹ ਵੀ ਕਹਿਣਾ ਪੈਣਾ ਕਿ ਸ਼ਾਇਦ ਉਹਨਾਂ ਨੇ ਨਨਕਾਣਾ ਸਾਹਿਬ ਆਜ਼ਾਦ ਕਰਾ ਕੇ ਗਲਤੀ ਨਹੀਂ ਕੀਤੀ। ਉਹਦਾ ਕਾਰਨ ਇਹ ਹੈ, ਕਿਉਂਕਿ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਉਹ ਕੇਵਲ ਬਾਦਲ ਪਰਿਵਾਰ ਦਾ, ਅਤੇ ਜਦੋਂ ਕੋਈ ਬਾਦਲ ਪਰਿਵਾਰ ਦਾ ਕਬਜ਼ਾ ਛਡਾਉਣ ਵਾਸਤੇ ਗੱਲ ਕਰਦਾ, ਉਦੋਂ ਇਹ ਚਮਚੇ ਜਿਹੜੇ ਨੇ ਨਾ, ਫਿਰ ਗਲ ਪੈਂਦੇ ਆ, ਫਿਰ ਗਾਲਾਂ ਕੱਢਦੇ ਆ, ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਰਹੇ ਨੇ। ਕੋਈ ਸੀਐਮ ਨੂੰ ਕੁਝ ਕਹਿੰਦਾ, ਕੋਈ ਕਿਸੇ ਨੂੰ ਕੁਝ ਕਹਿੰਦਾ, ਕੋਈ ਆਪਣੀ ਮਰਜ਼ੀ ਦੇ ਨਾਲ ਪਿਛਲੇ ਕੰਮ ਗਣਾਉਣੇ ਸ਼ੁਰੂ ਕਰ ਦਿੰਦਾ, ਕ੍ਰਿਤੀਆਂ ਗਣਾਉਣੀਆਂ ਸ਼ੁਰੂ ਕਰ ਦਿੰਦਾ। ਪਰ ਮੈਂ ਕਹਿੰਦਾ ਬੇਸ਼ਰਮੀ ਦੀ ਹੱਦ ਹੁੰਦੀ ਹੈ। ਜਿਹੜੇ ਬਾਦਲ ਪਰਿਵਾਰ ਦੀ ਤੁਸੀਂ ਚਮਚਾਗਿਰੀ ਕਰਦੇ ਹੋ ਨਾ, ਉਸ ਬਾਦਲ ਪਰਿਵਾਰ ਨੇ ਜਦੋਂ ਦਾ ਸੱਤਾ ਵਿੱਚ ਆਇਆ, ਰਾਜਨੀਤੀ ਵਿੱਚ ਆਇਆ, ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦਾ ਬੇੜਾ ਵਹਾਇਆ, ਮਲੀਆ ਮੇਟ ਕੀਤਾ, ਸਮਾਨਤਾ ਨੂੰ ਮਿੱਟੀ ਵਿੱਚ ਰੋਲਿਆ,
ਗੋਲਕਾਂ ਸ਼੍ਰੋਮਣੀ ਕਮੇਟੀ ਦੀਆਂ ਇਹ ਬੰਦੇ ਲੁੱਟ ਕੇ ਖਾ ਗਏ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਵਾਲੀ ਦੀ ਮੌਤ ਦੇ ਭੋਗ ਤੇ ਆਪਣੇ ਘਰ ਵਿੱਚੋਂ ਲੰਗਰ ਨਹੀਂ ਲਾ ਸਕਦਾ, ਸ਼੍ਰੋਮਣੀ ਕਮੇਟੀ ਦੇ ਲੰਗਰਾਂ ਵਿੱਚੋਂ ਲੰਗਰ ਜਾਂਦਾ ਤੇ ਤੁਸੀਂ ਉਹਨੂੰ ਪੰਥ ਦਾ ਸਿਰਮੌਰ ਮੰਨਦੇ ਹੋ, ਤੁਸੀਂ ਉਹਨੂੰ ਫਖਰੇ ਕੌਮ ਮੰਨਦੇ ਹੋ, ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ। ਮੈਂ ਬੇਨਤੀ ਤਾਂ ਕੀਤੀ ਹੈ ਕਿਉਂਕਿ ਜਿਹੜੀ ਚਮਚਾਗਿਰੀ ਅੱਜ ਦੇ ਦਿਨਾਂ ਵਿੱਚ ਹੋ ਰਹੀ ਹੈ ਨਾ, ਮੈਂ ਕਹਿੰਦਾ ਸਾਰੇ ਹੱਦ ਬੰਨੇ ਪਾਰ ਕਰ ਗਏ ਚਮਚਾਗਿਰੀ। ਸ਼ਰਮ ਹੀ ਨਹੀਂ ਆ ਰਹੀ ਸਾਨੂੰ, ਪਤਾ ਨਹੀਂ ਸਾਨੂੰ ਕੀ ਝੇਪ ਹੈ, ਸਾਨੂੰ ਕਾਹਦੀ ਗੁਲਾਮੀ ਹੈ। ਸ਼੍ਰੋਮਣੀ ਕਮੇਟੀ ਦੇ ਤਕਰੀਬਨ 170 ਮੈਂਬਰਾਂ ਵਿੱਚੋਂ 5-7 ਨੂੰ ਛੱਡ ਕੇ ਸਾਰੇ ਉਹ ਵੀ ਚਮਚੇ ਬਣੇ ਹੋਏ ਆ, ਬਸ ਬਾਦਲਾਂ ਦੀ ਸਿਫਤ ਕਰਨ ਵਾਸਤੇ, ਬਾਦਲਾਂ ਨੂੰ ਬਚਾਉਣ ਵਾਸਤੇ, ਪੀਟੀਸੀ ਨੂੰ ਬਚਾਉਣ ਵਾਸਤੇ। ਜਿਹੜਾ ਪੀਟੀਸੀ ਚੈਨਲ 3 ਘੰਟੇ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ ਕਰਕੇ ਬਾਅਦ ਦੇ ਵਿੱਚ ਬਾਦਲ 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 ਕਰੀ ਜਾਂਦਾ ਤੇ ਗੰਦੇ ਗੀਤਾਂ ਦੀ ਐਡ ਕਰਦਾ ਲੱਖਾਂ ਰੁਪਇਆ ਲੈ ਕੇ, ਸ਼ਬਦਾਂ ਦੀ ਗੁਰਬਾਣੀ ਦੇ ਢਾਡੀ 12 ਦੀ ਐਡ ਕਰਦਾ। ਉਹ ਚੈਨਲ ਨੂੰ ਬਚਾਉਣ ਵਾਸਤੇ ਸਾਡੇ ਪਿੰਡਾਂ ਦੇ ਕੁਝ ਕਢਮ ਚੌਧਰੀ ਨੇ, ਕੁਝ ਕਥਾਬਾਜ, ਕੁਝ ਪ੍ਰਚਾਰਕ ਨੇ ਜਿਹੜੇ ਟੁੱਕ ਢੇਰ ਬਣੇ ਨੇ, ਬਸ ਉਹ ਸਿਫਤਾਂ ਕਰੇ ਜਾਂਦੇ ਆ। ਕਿੰਨਾ ਕੁ ਚਿਰ ਆਪਣੀ ਜ਼ਮੀਰ ਨੂੰ ਮਾਰ ਕੇ ਰੱਖੋਗੇ? ਮੈਂ ਖਾਸ ਕਰਕੇ ਉਹਨਾਂ ਢਾਡੀ ਪ੍ਰਚਾਰਕਾਂ ਨੂੰ, ਰਾਗੀਆਂ ਨੂੰ ਗੱਲ ਬੇਨਤੀ ਕਰਨੀ ਚਾਹੁੰਦਾ, ਤੁਹਾਨੂੰ ਜੇ ਰੋਟੀ ਦੀ ਬੁਰਕੀ ਮਿਲਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਮਿਲਦੀ ਹੈ, ਗੁਰੂ ਸਾਹਿਬ ਦੀ ਬਾਣੀ ਦੀ ਕਥਾ ਕਰਕੇ ਕੀਰਤਨ ਕਰਕੇ ਮਿਲਦੀ ਹੈ। ਜੇ ਗੁਣ ਗਾਉਣੇ ਨੇ ਨਾ ਕਦੇ ਤਾਂ ਸੱਚ ਬੋਲਦੇ ਹੋ ਯਾਰ, ਕਿੰਨਾ ਕੁ ਚਿਰ ਗੁਲਾਮ ਬਣ ਕੇ ਰਹੋਗੇ? ਤੁਹਾਨੂੰ ਰੋਟੀਆਂ ਬਾਦਲ ਨਹੀਂ ਦੇ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੁਹਾਨੂੰ ਰੋਟੀ ਮਿਲ ਰਹੀ ਹੈ। ਜੇ ਅੱਜ ਤੁਹਾਡੀ ਜ਼ਮੀਰ ਨਾ ਜਾਗੀ, ਚੇਤੇ ਰੱਖਿਓ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਲੋਕਾਂ ਨੇ, ਇਹਨਾਂ ਬਾਦਲਾਂ ਨੇ ਗੁਲਾਮ ਬਣਾ ਲੈਣੀਆਂ ਨੇ, ਫਿਰ ਪਛਤਾਓਗੇ ਬਾਅਦ ਵਿੱਚ। ਇਹ ਬੇਨਤੀ ਪ੍ਰਵਾਨ ਕਰਿਓ, ਜਿਹੜੇ ਚਮਚਾਗਿਰੀ ਕਰਨ ਵਾਲੇ ਨੇ ਨਾ ਉਹ ਤੜਫਣਗੇ ਜ਼ਰੂਰ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੇ ਜਵਾਬ ਹੈਗਾ ਇਹਨਾਂ ਗੱਲਾਂ ਦਾ ਲਿਖ ਕੇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਅਤੇ ਮੈਨੂੰ ਪਤਾ ਤੁਸੀਂ ਗਾਲਾਂ ਤਾਂ ਕੱਢਣੀਆਂ ਹੁੰਦੀਆਂ, ਕੋਈ ਰੱਜ ਕੇ ਕੱਢਿਆ ਕਰੋ, ਤੁਹਾਡਾ ਕੰਮ ਗਾਲਾਂ ਕੱਢਣਾ ਅਤੇ ਸਾਡਾ ਕੰਮ ਤੁਹਾਡੀਆਂ ਪਰਤਾਂ ਖੋਲ੍ਹਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।